अगर आपने हमारे YouTube चैनल को सब्सक्राइब नहीं किया है तो आपको सब्सक्राइब बटन दिख रहा है, आप इसको क्लिक कीजिए और सब्सक्राइब कर दीजिए। और साथ ही साथ बेल आइकन दिखाई दे रहा है, आप इसको भी क्लिक कीजिए और इनेबल कर दीजिए ताकि हम जब भी नई वीडियो अपलोड करें आपको उसकी नोटिफिकेशन मिल सके। ਆਪਣੇ ਪਿਆਰਿਆਂ ਦੀ ਹਾਲੇਲੂਇਆ। ਸੋ ਮੇਰੇ ਅਜ਼ੀਜ਼ੋ, ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਪਰਮੇਸ਼ਰ ਦੀਆਂ ਭਲਾਈਆਂ ਆ ਕਿ ਜੇਕਰ ਅਸੀਂ ਇਹਨਾਂ ਹੱਥਾਂ ਦੇ ਉੱਤੇ ਗਿਣ ਸਕੀਏ ਤਾਂ ਨਹੀਂ ਗਿਣ ਸਕਦੇ। ਹਾਲੇਲੂਇਆ। ਸੋ ਸੱਚਮੁੱਚ ਪਰਮੇਸ਼ਰ ਬਹੁਤ ਮਹਾਨ ਆ, ਪਰਮੇਸ਼ਰ ਅਦਭੁਤ ਆ ਔਰ ਪਰਮੇਸ਼ਰ ਕਾਲਪਨਿਕ ਨਹੀਂ ਹੈਗੇ। ਸੋ ਪਰਮੇਸ਼ਰ ਸਰਵ ਸ੍ਰੇਸ਼ਟ ਆ ਔਰ ਉਹਦੀਆਂ ਭਲਾਈਆਂ ਬੇਅੰਤ ਆ। ਹਾਲੇਲੂਇਆ। ਹੁਣ ਜੇਕਰ ਅਸੀਂ ਇਸ ਧਰਤੀ ਦੇ ਉੱਤੇ ਜਿਉਂਦੇ ਆ ਇਹਦੀ ਬਦੌਲਤ ਆ, ਇੱਕ ਇੱਕ ਸਾਹ ਅਸੀਂ ਲੈਂਦੇ ਆ ਇਹਦੀ ਕਿਰਪਾ ਆ। ਸੋ ਮੇਰੇ ਅਜ਼ੀਜ਼ੋ, ਧੰਨਵਾਦ ਕਰਦੇ ਆ ਕਿ ਪਰਮੇਸ਼ਰ ਨੇ ਹੁਣ ਤੱਕ ਸਾਨੂੰ ਜਿਉਂਦਿਆਂ ਦੀ ਧਰਤੀ ਦੇ ਉੱਤੇ ਸਾਨੂੰ ਜਿਉਂਦਾ ਰੱਖਿਆ। ਅਸੀਂ ਧੰਨਵਾਦ ਕਰਦੇ ਆ ਜਿਉਂਦੇ ਪਰਮੇਸ਼ਰ ਦਾ। ਸੋ ਮੇਰੇ ਪਰਮੇਸ਼ਰ ਸੱਚਮੁੱਚ ਬਹੁਤ ਮਹਾਨ ਆ। ਸੋ ਮੇਰੇ ਅਜ਼ੀਜ਼ੋ, ਕਿ ਜਿਵੇਂ ਕਿ ਤੁਸੀਂ ਵੇਖਦੇ ਹੋ ਇਸ ਨਾਚੀਜ਼ ਬੰਦੇ ਨੂੰ, ਸੋ ਮੈਂ ਇਸੇ ਹੀ ਇਲਾਕੇ ਦੇ ਵਿੱਚ ਰਹਿੰਦਾ। ਮੇਰਾ ਨਾਂ ਪਾਸਟਰ ਰਾਮ ਲਭਾਇਆ। ਸੋ ਜੋ ਬੀਤੇ ਸਮੇਂ ਦੇ ਵਿੱਚ, ਸੋ ਮੈਂ ਬਹੁਤ ਸ਼ਰਾਬ ਪੀਂਦਾ ਸੀ, ਭੈਣੇ ਕੰਮ ਕਰਦਾ ਸੀ, ਨਸ਼ੇ ਕਰਦਾ ਸੀ ਔਰ ਬਹੁਤ ਮਾੜੇ ਕੰਮ ਕਰਦਾ ਰਿਹਾ। ਪਰ ਮੈਂ ਧੰਨਵਾਦ ਕਰਦਾ ਹਾਂ, ਕਹਿੰਦਾ ਹੈ ਕਿ ਰੱਬ ਦੀ ਹੋਈ ਕਿਰਪਾ, ਕੁਝ ਕਹਿਣ ਜੋਗਾ ਹੋ ਗਿਆ ਤਾਂ ਹੀ ਉਹ ਤਾਂ ਅੱਜ ਤੁਹਾਡੇ ਵਿੱਚ ਬਹਿਣ ਜੋਗਾ ਹੋ ਗਿਆ। ਹਾਲੇਲੂਇਆ। ਸੋ ਸੱਚਮੁੱਚ ਪਰਮੇਸ਼ਵਰ ਨੇ ਨਸ਼ਿਆਂ ਤੋਂ ਆਜ਼ਾਦੀ ਦਿੱਤੀ ਔਰ ਮਾੜੇ ਕੰਮਾਂ ਤੋਂ ਆਜ਼ਾਦੀ ਦਿੱਤੀ ਔਰ ਪ੍ਰਭੂ ਦੀ ਦਇਆ ਦੇ ਨਾਲ ਹੁਣ ਇੱਕ ਸੇਵਕ ਆ, ਪਰਮੇਸ਼ਵਰ ਦੀ ਸੇਵਾ ਕਰਦਾ ਆ ਔਰ ਮੈਂ ਧੰਨਵਾਦ ਕਰਦਾ ਇਹਨਾਂ ਸਾਰੀਆਂ ਭਲਾਈਆਂ ਦੇ ਲਈ। ਹਾਲੇਲੂਇਆ। ਸੋ ਮੇਰੇ ਯੇਸ਼ੂ ਦੀ ਵਡਿਆਈ ਹੋਵੇ, ਮੇਰੇ ਯੇਸ਼ੂ ਦੇ ਲਈ ਤਾਲੀ ਵਜਾਓ ਸਾਰੇ ਜਣ ਜ਼ੋਰ ਦੇ ਨਾਲ। ਧੰਨਵਾਦ। ਥੈਂਕ ਯੂ ਜੀਸਸ। ਹਾਲੇਲੂਇਆ। कोई प्रॉब्लम हो या फिजिकली कुछ हो, वो सारी बातों में प्रभु चंगाई देता है। हालेलुया। कुछ लोग ऐसा कहते हैं क्रिश्चियन लोग दूसरे को बदलता है। सच बात पता है क्या है, हम किसी को नहीं बदल सकते। आप मुझे नहीं बदल सकते, मैं आपको नहीं बदल सकता है। लेकिन जब परमेश्वर किसी की जीवन में इंटरफेयर करता है, जब परमेश्वर किसी की जीवन में आता है, उसकी हृदय में आता है, उसकी नस्लें बदल कर रख देता है। हालेलुया। हालेलुया। फिर से बोलो हालेलुया। इससे पहले कि हम पास्टर जी को मैक हाथ में पकड़ाए, अभी पांच मिनट, पांच या दो तीन मिनट में एक बात बोलने। मेरा नाम रमन कुमार है और मैं लागे पिंड नागरी च रहना और मैं अपनी लाइफ की गवाही देना चाहूंगा कि अज तो कुछ साल पहला, आई थिंक 6-7 साल पहला, मेरी लाइफ जी एकदम नरक सी। ਕਾਫੀ ਫਰੈਂਡ ਸਰਕਲ ਮੇਰਾ ਇੱਦਾਂ ਦਾ ਸੀਗਾ ਕਿ ਜਿਹੜੇ ਮੇਰੇ ਫਰੈਂਡ ਸੀਗੇ ਸਮੋਕਿੰਗ ਕਰਦੇ ਸੀ, ਡਰਿੰਕ ਕਰਦੇ ਸੀ, ਡਰੱਗਸ ਲੈਂਦੇ ਸੀਗੇ ਔਰ ਉਹਨਾਂ ਨਾਲ ਮੇਰੀ ਸੰਗਤੀ ਸੀ, ਇੱਦਾਂ ਦੇ ਫਰੈਂਡ ਸੀਗੇ ਮੇਰੇ ਔਰ ਮੈਨੂੰ ਕੁਝ ਵੀ ਪਤਾ ਨਹੀਂ ਸੀਗਾ ਪ੍ਰਭੂ ਬਾਰੇ। ਔਰ ਸਾਡੇ ਘਰ ਇੱਕ ਲੇਡੀਜ਼ ਆਉਂਦੇ ਹੁੰਦੇ ਸੀਗੇ ਅੱਜ ਤੋਂ 7-8 ਸਾਲ ਪਹਿਲਾਂ, ਔਰ ਉਹਨਾਂ ਨੇ ਮੈਨੂੰ ਪ੍ਰਭੂ ਬਾਰੇ ਦੱਸਣਾ ਵੀ ਇੱਦਾਂ ਯਿਸੂ ਮਸੀਹ ਇੱਦਾਂ ਕਰਦੇ ਆ, ਵੀ ਲਾਈਫ ਚੇਂਜ ਕਰਦੇ ਆ। ਔਰ ਮੈਨੂੰ ਪਤਾ ਕੀ ਲੱਗਦਾ ਸੀਗਾ ਕਿ ਇਹ ਸਿਰਫ ਸੰਸਥਾ ਬਣਾ ਰਹੇ ਆ, ਇੱਕ ਯੋਜਨਾ ਵਾ, ਬਸ ਪੈਸੇ ਦੇ ਕੇ ਚੇਂਜ ਕਰਦੇ ਆ ਲਾਈਫ। ਔਰ ਉਹਨਾਂ ਨੇ ਮੈਨੂੰ ਦੱਸਿਆ ਅਤੇ ਮੈਂ ਮੰਮੀ ਆਪਣੀ ਨੂੰ ਇੱਦਾਂ ਕਹਿਣਾ, ਮੰਮੀ ਆਂਟੀ ਨੇ ਘਰੇ ਨਹੀਂ ਆਉਣਾ ਚਾਹੀਦਾ, ਸਾਡੇ ਘਰ ਨਹੀਂ ਆਉਣੇ ਚਾਹੀਦੇ, ਅਸੀਂ ਇਸਾਈਆਂ ਨੂੰ ਘਰੇ ਨਹੀਂ ਵਾੜਨਾ। ਔਰ ਬਹੁਤ ਮੈਂ ਵਿਰੋਧ ਕਰਦਾ ਹੁੰਦਾ ਸੀਗਾ ਇਸ ਚੀਜ਼ ਬਾਅਦ। ਔਰ ਮੇਰੀ ਫੈਮਿਲੀ 'ਚ ਮੇਰੀ ਸਿਸਟਰ ਨੇ, ਛੋਟੀ ਸਿਸਟਰ ਸੀਮਾ ਜੀ, ਮੇਰੀ ਸਿਸਟਰ ਨੇ ਛੋਟੇ ਔਰ ਇੱਕ ਮੇਰੇ ਮਦਰ ਸੀਗੇ ਜਿਹੜੇ ਚਰਚ ਜਾਣਾ ਸ਼ੁਰੂ ਕੀਤਾ। ਔਰ ਬੋਰਨ ਕ੍ਰਿਸਚਨ ਸੀਗੇ ਮੇਰੇ ਮੰਮਾ, ਲੇਕਿਨ ਛੱਡ ਚੁੱਕੇ ਸੀਗੇ, ਪ੍ਰਭੂ ਨੂੰ ਪਤਾ ਨਹੀਂ ਸੀਗਾ ਉਹਨਾਂ ਨੂੰ ਲਾਈਫ। ਉਹਨਾਂ ਨੇ ਹੌਲੀ ਹੌਲੀ ਇਹਨਾਂ ਨੇ ਪਾਸਟਰ ਸੂਰਜ ਜੀ ਕੋ ਆਉਣਾ ਸ਼ੁਰੂ ਹੋਏ ਅਤੇ ਇਹਨਾਂ ਨੇ ਦੱਸਿਆ ਕਿ ਸਾਡਾ ਬ੍ਰਦਰ ਆ ਉਹ ਇੱਦਾਂ ਦਾ ਫਰੈਂਡ ਸਰਕਲ ਦਾ ਇੱਦਾਂ ਵਾ ਅਤੇ ਘਰ ਨਹੀਂ ਟਿਕਦਾ ਔਰ ਮੰਨਦਾ ਨਹੀਂ ਕਿਸੇ ਦਾ ਕਹਿਣਾ। ਔਰ ਉਦੋਂ ਮੈਂ ਸੱਚਮੁੱਚ ਘਰਦਿਆਂ ਨੂੰ ਤੰਗ ਕਰਦਾ ਹੁੰਦਾ ਸੀ, ਮੇਰਾ ਆਉਣ ਦਾ ਟਾਈਮ ਨਹੀਂ ਸੀਗਾ, ਕੋਈ ਜਾਣ ਦਾ ਟਾਈਮ ਨਹੀਂ ਸੀਗਾ, ਇੱਦਾਂ ਦਾ ਸਰਕਲ ਸੀਗਾ ਮੇਰਾ। ਅਤੇ ਫਸਟ ਟਾਈਮ ਜਦੋਂ ਭਾਅ ਜੀ ਸਾਡੇ ਘਰ ਆਏ, ਭਾਅ ਜੀ ਸੂਰਜ ਜੀ, ਅਤੇ ਮੈਨੂੰ ਅੱਜ ਵੀ ਯਾਦ 8 ਸਾਲ ਪਹਿਲਾਂ ਭਾਅ ਜੀ ਪੈਦਲ ਸੇਵਕਾਈ ਕਰਦੇ ਸੀ ਹਰ ਜਗ੍ਹਾ, ਨੰਦਨਪੁਰ ਹੋ ਗਏ, ਦੂਰ ਦੂਰ ਜੇ ਕਿਸੇ ਨੇ ਵੀ ਫੋਨ ਕਰਨਾ
ਫੋਨ ਕਰਕੇ ਵੀ ਹਾਂਜੀ ਭਾਈ ਆਉਣਾ, ਭਾਈ ਨੇ ਪੈਦਲ ਜਾਣਾ, ਉਦੋਂ ਕਨਵੀਨੈਂਸ ਕੋਈ ਨਹੀਂ ਸੀ ਭਾਈ ਕੋਲ। ਅੱਜ ਖੁਦਾ ਦਾ ਸ਼ੁਕਰ ਆ ਕਿ ਖੁਦਾ ਨੇ ਬਲੈਸ ਕੀਤਾ ਵਾ। ਔਰ ਉਸ ਸਮੇਂ ਭਾਈ ਇੱਦਾਂ ਘਰੇ ਆਏ, ਮੈਂ ਬੈਠਾ ਹੋਇਆ ਸੀਗਾ, ਮੈਂ ਭਾਈ ਨੂੰ ਦੱਸਿਆ, ਮੈਂ ਮੰਮਾ ਨੂੰ ਕਿਹਾ, ਮੈਂ ਕਿਹਾ ਬੰਦੇ ਨੂੰ ਬਾਹਰ ਕੱਢੋ ਘਰੋਂ ਸਾਡੇ, ਮੈਂ ਕਿਹਾ ਇਹਨੂੰ ਆਉਣਾ ਨਹੀਂ, ਅੰਦਰ ਨਹੀਂ ਵਾੜਨਾ, ਮੈਂ ਕਿਹਾ ਇਹਨੇ ਸਾਈ ਬਣਾ ਦੇਣਾ ਮੈਨੂੰ, ਮੈਂ ਇੱਦਾਂ ਕਹਿੰਦਾ ਹੁੰਦਾ ਸੀਗਾ। ਅਤੇ ਭਾਈ ਨੇ ਮੈਨੂੰ ਜਸਟ ਇੱਕ ਵਾਰੀ ਕਿਹਾ ਕਿ ਮੈਂ ਤੈਨੂੰ ਇਹ ਨਹੀਂ ਕਹਿਣਾ ਵੀ ਤੂੰ ਪ੍ਰਭੂ ਨੂੰ ਮਾਰ, ਮੇਰੇ ਲਾਗੇ 5 ਮਿੰਟ ਬੈਠ, ਸਿਰਫ 5 ਮਿੰਟ। ਔਰ ਉਹ ਮੈਂ 5 ਮਿੰਟ ਇੱਦਾਂ ਨੀਚੇ ਬੈਠਾ, ਇਹਨਾਂ ਨੇ ਮੈਨੂੰ ਦੱਸਿਆ ਪ੍ਰਭੂ ਬਾਰੇ ਕਿ ਇੱਦਾਂ ਤਾਂ ਖੁਦਾ ਜਿਹਨੇ ਜਾਨ ਦਿੱਤੀ ਆ, ਔਰ ਪਾਪ ਜਿਹੜਾ ਸਾਰਾ ਇਹਨਾਂ ਨੇ ਆਪਣੇ 'ਤੇ ਲਿਆ, ਤੁਹਾਡੇ ਪਾਪ, ਉਹ ਤੈਨੂੰ ਤੇਰੀ ਲਾਈਫ ਚੇਂਜ ਕਰਨਾ ਚਾਹੁੰਦਾ। ਉਹ 5 ਮਿੰਟ 'ਚ ਮੈਨੂੰ ਨਹੀਂ ਪਤਾ ਖੁਦਾ ਨੇ ਕਿੱਦਾਂ ਮੈਨੂੰ ਛੂਹਿਆ, ਕਿੱਦਾਂ ਮੇਰੀ ਲਾਈਫ ਚੇਂਜ ਕੀਤੀ ਹੈ। ਔਰ ਹੌਲੀ ਹੌਲੀ ਮੈਨੂੰ ਭਾਈ ਨੇ ਡੇਲੀ ਵਿਜ਼ਿਟ ਕਰਨਾ, ਮੈਨੂੰ ਦੱਸਣਾ ਰੱਬ ਬਾਰੇ, ਖੁਦਾ ਦੇ ਬਾਰੇ ਦੱਸਣਾ। ਔਰ ਸੱਚਮੁੱਚ ਜਦੋਂ ਮੇਰੀ ਖੁਦਾ ਨੇ ਮੇਰੀ ਸੋਚ ਖੋਲ੍ਹੀ, ਆਤਮਿਕ ਅੱਖਾਂ ਖੋਲ੍ਹੀਆਂ, ਔਰ ਮੈਨੂੰ ਪਤਾ ਲੱਗਣ ਲੱਗ ਪਿਆ ਹਾਂ ਕਿ ਮੈਂ ਇੱਕ ਮੂਰਤੀ ਪੂਜਾ ਜੋ ਕਰ ਰਿਹਾ, ਕਿ ਅੱਖਾਂ ਬੰਦ ਨੇ ਮੇਰੀਆਂ, ਮੈਨੂੰ ਨਹੀਂ ਸੀ ਪਤਾ ਵੀ ਕਿਉਂ ਬਣਾਏ ਹੋਏ ਚੀਜ਼ਾਂ ਨੂੰ ਇੱਦਾਂ ਝੁਕਦਾ ਕਰ ਰਿਹਾ। ਔਰ ਫਿਰ ਭਾਈ ਨੇ ਮੈਨੂੰ ਹੌਲੀ ਹੌਲੀ ਦੱਸਿਆ ਵੀ ਖੁਦਾ ਜਿਹੜਾ ਵਾ ਲਾਈਫ ਚੇਂਜ ਕਰਦਾ ਤੁਹਾਡੀ। ਹਾਂਜੀ ਹਾਂਜੀ ਹਾਂਜੀ। ਅਤੇ ਉਦੋਂ ਮੈਂ ਭਾਈ ਤੋਂ ਜਾਣਾ ਸ਼ੁਰੂ ਹੋਇਆ, ਹੌਲੀ ਹੌਲੀ ਜੋ ਮੇਰਾ ਫਰੈਂਡ ਸਰਕਲ ਸੀਗਾ ਉਹਨਾਂ ਨੂੰ ਮੈਂ ਛੱਡਣਾ ਸ਼ੁਰੂ ਕੀਤਾ, ਔਰ ਮੈਂ ਸਮੋਕ ਡਰਿੰਕ ਕਰਦਾ ਹੁੰਦਾ ਸੀਗਾ ਉਹਨਾਂ ਚੀਜ਼ਾਂ ਤੋਂ, ਹੌਲੀ ਹੌਲੀ ਖੁਦਾ ਨੇ ਮੇਰਾ ਖਹਿੜਾ ਛੁਡਾਇਆ। ਔਰ ਮੈਂ ਸ਼ੁਕਰਗੁਜ਼ਾਰ ਹਾਂ ਖੁਦਾ ਦੇ ਦਾਸ ਦਾ ਜਿਨ੍ਹਾਂ ਦੁਆਰਾ ਮੈਂ ਬਚਾਇਆ ਗਿਆ, ਮੈਂ ਸ਼ੁਕਰਗੁਜ਼ਾਰ ਹਾਂ ਇਸ ਗਵਾਹੀ ਦੇ ਲਈ, ਔਰ ਖੁਦਾ ਦੇ ਦਾਸ ਪਾਸਟਰ ਸੂਰਜ ਲਈ। ਸਾਰਿਆਂ ਨੂੰ ਜੈ ਜੀ। ਬਈ ਘਰੋਂ ਚਾਹ ਨਹੀਂ ਪੀ ਗਏ, ਹਾਲੇਲੂਇਆ, ਇੱਕ ਵਾਰੀ ਪਤਾ ਲੱਗ ਜਾਵੇ ਬੰਦਗੀ ਹੋ ਰਹੀ ਹੈ, ਹਾਲੇਲੂਇਆ, ਕੋਈ ਮੇਰੇ ਪਰਮੇਸ਼ਵਰ ਦੀ ਵਡਿਆਈ ਕਰੇਗਾ, ਤਾਲੀਆਂ ਦੇ ਨਾਲ ਮੇਰੇ ਯਿਸੂ ਦੀ ਕੋਈ ਵਡਿਆਈ ਕਰੇਗਾ, ਹਾਲੇਲੂਇਆ। ਸੋ ਮੇਰੇ ਜੀਸੂ, ਮੈਂ ਭਜਦੀ ਗੱਲ ਦੇ ਉੱਤੇ ਕਹਿਣਾ ਚਾਹਾਂਗਾ ਕਿ ਸਾਡਾ ਪਰਮੇਸ਼ਵਰ ਈਸਾਈ ਨਹੀਂ, ਸਾਡਾ ਪਰਮੇਸ਼ਵਰ ਸਹੀ ਬਣਾਉਂਦਾ ਹੈ, ਹਾਲੇਲੂਇਆ। ਕੀ ਬਣਾਉਂਦਾ? ਈਸਾਈ ਨਹੀਂ ਨਾ ਬਣਾਉਂਦਾ, ਸਹੀ ਬਣਾਉਂਦਾ ਨਾ, ਸਹੀ ਬਣ ਜਾਂਦੇ ਨਾ ਅਸੀਂ ਪਰਮੇਸ਼ਵਰ ਦੇ ਵਿੱਚ ਆ ਕੇ, ਹਾਲੇਲੂਇਆ। ਸੋ ਮੈਂ ਆਪਣੀ ਗਵਾਹੀ ਦੇਣਾ ਚਾਹਾਂਗਾ, ਮੈਂ ਪਰਮੇਸ਼ਵਰ ਦੇ ਵਿੱਚ ਆਉਣ ਤੋਂ ਪਹਿਲਾਂ 2013 ਦੇ ਵਿੱਚ ਐਡਿਕਸ਼ਨ ਦਾ ਨਸ਼ਾ ਕਰਦਾ ਸੀਗਾ। ਸੋ ਜਿਸ ਦੇ ਵਿੱਚ ਚੂਰਾ ਪੋਸਟ, ਅਫੀਮ, ਸਿਗਰਟ ਵਗੈਰਾ, ਸ਼ਿਖਰ ਜੀ, ਉਹ ਮਤਲਬ ਕਿ ਜਿੰਨੇ ਵੀ ਲਿਟਰਮ ਪਟਰਮ ਛੋਟੇ ਮੋਟੇ ਸਾਰੇ ਨਸ਼ੇ ਆ ਜਾਂਦੇ। ਸੋ ਜਦੋਂ ਮੈਨੂੰ ਪਰਮੇਸ਼ਵਰ ਦੇ ਬਾਰੇ ਪਤਾ ਲੱਗਾ, ਸਾਡੇ ਬੌਸ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਤੁਸੀਂ ਜਾਓ, ਕੋਈ ਗੱਲ ਨਹੀਂ, ਤੁਹਾਡਾ ਪਰਮੇਸ਼ਵਰ, ਸਾਡਾ ਪਰਮੇਸ਼ਵਰ ਤੁਹਾਡਾ ਜੀਵਨ ਬਦਲੇਗਾ। ਸੋ ਮੈਂ ਉੱਥੇ ਗਿਆ, ਜਦੋਂ ਮੈਂ ਗਿਆ ਅਤੇ 2013 ਦੀ ਲਾਸਟ ਨਾਈਟ ਉੱਥੇ ਜਾ ਕੇ ਬਿਤਾਈ। ਸੋ ਦੂਸਰੇ ਦਿਨ ਜਦੋਂ ਮੈਂ ਉੱਥੇ ਗਿਆ ਬੰਦਗੀ ਦੇ ਵਿੱਚ, ਸੋ ਪਰਮੇਸ਼ਵਰ ਮੈਨੂੰ ਛੂਹਿਆ ਅਤੇ ਮੇਰਾ ਜੀਵਨ ਬਦਲਿਆ। ਅਤੇ ਫਿਰ ਮੈਂ ਬਪਤਿਸਮਾ ਲੈਣ ਦਾ ਸੋਚਿਆ, ਨਸ਼ੇ ਮੈਂ ਕਰੀ ਜਾਂਦਾ ਸੀਗਾ। ਸੋ ਪਾਸਟਰ ਜੀ ਸਾਨੂੰ ਕਹਿੰਦੇ ਸੀਗੇ ਜਿਸ ਜਗ੍ਹਾ ਤੁਸੀਂ ਪ੍ਰਭੂ ਨੂੰ ਆਪਣਾ ਜੀਵਨ ਨਹੀਂ ਦਿਓਗੇ, ਉਸ ਜਗ੍ਹਾ ਤੁਹਾਡਾ ਜੀਵਨ ਨਹੀਂ ਬਦਲੇਗਾ। ਸੋ ਜਿਹਦੇ ਮੈਂ ਬਪਤਿਸਮਾ ਲੈਣਾ ਸੀਗਾ, ਉਸ ਤੋਂ ਇੱਕ ਦਿਨ ਪਹਿਲੇ ਮੈਂ ਕਿਹਾ ਵੀ ਚਲੋ ਹੁਣ ਬਪਤਿਸਮਾ ਤਾਂ ਲੈਣਾ ਹੀ ਹੈ, ਸੋ ਜੋ ਕੁਛ ਹੁੰਦਾ ਕਰ ਲਓ ਕੋਈ ਗੱਲ ਨਹੀਂ। ਸੋ ਸਾਰੇ ਨਸ਼ੇ ਕੀਤੇ ਉਸ ਦਿਨ। ਦੂਸਰੇ ਦਿਨ ਮੈਂ ਗਿਆ ਬਪਤਿਸਮਾ ਲੈਣ, ਮੇਰਾ ਜੀਜੋ ਮੈਂ ਸੱਚ ਬੋਲਾਂਗਾ, ਮੈਂ ਝੂਠ ਨਹੀਂ ਬੋਲਾਂਗਾ। ਦੂਸਰੇ ਦਿਨ ਮੈਂ ਗਿਆ ਬਪਤਿਸਮਾ ਲੈਣ, ਬਪਤਿਸਮਾ ਲਿਆ ਜਾ ਕੇ ਰੱਬ ਦੇ ਦਾਸ ਨੇ ਸਾਨੂੰ ਮੈਨੂੰ ਬਪਤਿਸਮਾ ਦਿੱਤਾ। ਉਸ ਦਿਨ ਤੋਂ ਬਾਅਦ ਮੇਰੇ ਨਸ਼ੇ ਸਾਰੇ ਚਲੇ ਗਏ, ਹਾਲੇਲੂਇਆ। ਸੋ ਮੈਂ ਜੀਜੋ, ਮੈਂ ਖੁਦ ਮੈਡੀਕਲ ਲਾਈਨ ਦੇ ਵਿੱਚ ਹਾਂ, ਡਾਕਟਰ ਹੈਗਾ ਵਾਂ ਮੈਂ। ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲੱਖਾਂ ਰੁਪਈਆ ਲੱਗ ਜਾਂਦਾ ਇੱਕ ਨਸ਼ਾ ਛੱਡਣ ਦੇ ਲਈ, ਲੱਖਾਂ ਰੁਪਈਆ, ਅਤੇ ਬਹੁਤ ਸਾਰਾ ਸਮਾਂ ਲੱਗਦਾ, ਮਗਰ ਉਹ ਫਿਰ ਵੀ ਨਹੀਂ ਛੁੱਟਦਾ। ਸੋ ਦੇਖ ਲਓ ਸਾਡਾ ਪਰਮੇਸ਼ਵਰ ਕਿੱਦਾਂ ਦਾ, ਇੱਕ ਹੀ ਦਿਨ ਦੇ ਵਿੱਚ, ਇੱਕ ਹੀ ਮਿੰਟ ਦੇ ਵਿੱਚ ਸਭ ਕੁਛ ਛੁੜਾ ਦਿੱਤਾ, ਹਾਲੇਲੂਇਆ। ਪਰਮੇਸ਼ਵਰ ਕੀ ਵਚਨ ਕੋ ਸੁਣਨੇ ਕੇ ਲਿਏ ਆਏ ਹਮ ਜ਼ੋਰ ਸੇ ਪਾਸਟਰ ਸੂਰਜ ਕੇ ਲਿਏ ਜ਼ੋਰ ਸੇ ਤਾਲੀ ਵਜਾ ਕੇ ਉਸਕੋ ਵੈਲਕਮ ਕਰੇ। ਹਾਲੇਲੂਇਆ। ਸੋ ਮੇਰੇ ਵੱਲੋਂ ਸਭ ਭੈਣ ਭਰਾਵਾਂ ਨੂੰ ਜੈ ਮਸੀਹ, ਔਰ ਖੁਦਾਵੰਦ ਦੇ ਸੇਵਕਾਂ ਨੂੰ ਜੈ ਮਸੀਹ। ਸੋ ਆਪਾਂ ਗਵਾਹੀਆਂ ਸੁਣੀਆਂ, ਜਦੋਂ ਅਸੀਂ ਫੈਸਲਾ ਲੈਂਦੇ ਹਾਂ ਉਸ ਵਕਤ ਸਾਡੇ ਜੀਵਨ ਨੂੰ ਪਰਮੇਸ਼ਵਰ ਬਦਲਦਾ, ਹਾਲੇਲੂਇਆ। ਔਰ ਮੈਂ ਚਾਹੁੰਦਾ ਆਪਾਂ ਤਿਆਰ ਹੋਈਏ ਪਰਮੇਸ਼ਵਰ ਦੀਆਂ ਗੱਲਾਂ ਨੂੰ ਸੁਣਨ ਦੇ ਲਈ, ਆਪਣੇ ਆਪ ਨੂੰ ਤਿਆਰ ਕਰੀਏ, ਆਪਣੇ ਮਨਾਂ ਨੂੰ ਤਿਆਰ ਕਰੀਏ। ਥੋੜ੍ਹੀ ਦੇਰ ਲਈ ਖੜ੍ਹੇ ਹੋਵਾਂਗੇ, ਥੋੜ੍ਹੀ ਦੇਰ ਲਈ।
सब जन थोड़ी देर लिखने होवे सो अपने हाथों को पठाइए कोई भी सब जन अपने मुख को खोलिए अपने मुख को खोलिए अपने हृदय को खोलिए सो आप परमेश्वर की गा के वडियाई कर रहे सी परमेश्वर सुन रहा सी हुण समय है जो आप परमेश्वर दियां गल्लां नूं सुनना है बाप बेटा पवित्र आत्मा साडे सारिआं नाल गलबात करे अपने मुख नूं खोलिए देखिए कितनी सामर्थ दित्ती है परमेश्वर ने जिनी सामर्थ दित्ती पूरी सामर्थ पूरे जोर दे नाल रुझ समझाउण दे नाल परमेश्वर दी वडियाई करिए हालेलुया 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 ओरा बाबा साखा रबा बाबा देखिए अखा ना खुलिए विश्वास करने वाले के लिए सब कुछ हो जाएगा जी अगर तुम विश्वास करते हो परमेश्वर इस जगह पे मौजूद है तो परमेश्वर को पुकारिए परमेश्वर मेरे नाल गल कर अपने हृदय को खोल दईए अपने हृदय को जुबान को खोल दईए ओ हालेलुया मेरा दिल बने तेरा सिंहासन मेरी आत्मा तेरा आसन सब जन सब बोला गया अपने दिल नु खोलिए था दईए परमेश्वर नु परमेश्वर दसदा है मैं तुहाडे हृदय दे लागे हां खटखटाना हां जेकर तू मैनु था दवे तो मैं तेरे अंदर आवांगा वास करांगा वो शब्द हम जो असि लवेंगे साडे जीवन बदलेंगे मेरे मन में तू विराजमान यीशु मेरे तू है बड़ा महान यीशु यीशु परमेश्वर को अधिकार दे अपने जीवन के बीच देखिए बोलिए परमेश्वर जिस तरह स्वर्ग में तेरी इच्छा पूरी होती है जिस जमीन पे होगा बेटा तेरे पुत्र आत्मा का अभिषेक का वे खुदावन एक एक कान सुन बड़ा हो जाए बेटा परमेश्वर खुदावन और बाबा 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 सखा रबा मेरी जिंदगी है तेरी यीशु तू शानी मेरी मेरी जिंदगी है तेरी यीशु तू शानी मेरी खुद का लहू दे कर तूने मेरी जिंदगी खुद का लहू दे कर तूने मेरी जिंदगी सवारी यीशु का बाप महान सामर्थ्य पिता मैं अपने आप को पिता आपके हाथों में सौंपता हूं पिता 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 मैंने आपका आत्मा सभी से बातचीत करे पिता परमेश्वर खुदा बाप का बाप बोलना शुरू करे पिता एक एक जन बदल जाए पिता परमेश्वर एक एक जन पिता फैसला लेने वाला हो पिता परमेश्वर एक एक जन बुराई से पीछे हटने वाला हो पिता परमेश्वर एक एक जन को आप अपने नजदीकी में लेकर आए पिता परमेश्वर और एक एक जन के ऊपर पिता आपके आत्मा का अभिषेक मांगता हूँ पिता यीशु मसीह के नाम से मांगता हूँ पिता यीशु मसीह के नाम के स्तर तक खोलता हूँ पिता और आपकी सामर्थ्य पिता परमेश्वर एक एक जन सामर्थ्य भर जाए पिता परमेश्वर प्रभु दी वचन दी वल चलांगे ज्यादा समय नहीं लवांगे
थोड़ी देर लिए धन्यवाद करिए, अखां नूं बंद रखिए कुछ समय दे लई। हालेलुया। सब जन अखां नूं बंद रखिए, थोड़ी देर लिए धन्यवाद करिए। जीजस आपका धन्यवाद हो, पिता परमेश्वर आपका धन्यवाद हो, सामर्थी पिता है प्रभु यीशु मसीह आपका धन्यवाद हो। हालेलुया 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 हालेलुया। कि तुसी तैयार हो सब प्रभु दी गल्ला सुनन नूं? हां जी हालेलुया। कि तैयार हो, कि तैयार हो सब जन? देखिए सुनिए, मैं इत्थे जदों बैठा सीगा उस वक्त पवित्र आत्मा ने मैनूं वचन दिता है और तुहाडे लई एक खुशखबरी है। साउंड वालिआं दे लई, जिन्ने भी सुन रहे हैं, जिन्ने भी कन्न सुन रहे हैं, उन्हां दे लई एक खुशखबरी है। चाहे कोई प्रभु नूं नहीं भी जानता पर जे अज प्रभु दे शब्द नूं सुन रहा है उहदे लई एक खुशखबरी है। ਇਹ ਅੱਜ ਆਪਾਂ ਜੋ ਮੌਸਮ ਦੇਖ ਰਹੇ ਹਾਂ, ਠੰਡ ਦੇਖ ਰਹੇ ਬਹੁਤ ਜ਼ਿਆਦਾ, ਹੈ ਨਾ, ਠੰਡ ਦੇਖ ਰਹੇ ਹਾਂ, ਔਰ ਓਨੇ ਕੁ ਪ੍ਰਭੂ ਨੇ ਚੁਣੇ ਆ ਜਿੰਨਿਆਂ ਨਾਲ ਪਰਮੇਸ਼ੁਰ ਨੇ ਗੱਲ ਕਰਨੀ ਹੈ। ਮੈਂ ਜਦੋਂ ਦਾਨੀਅਲ ਦੀ ਕਿਤਾਬ ਨੂੰ ਪੜ੍ਹਦਾ, ਦਾਨੀਅਲ ਨੇ ਜਦੋਂ ਦਰਸ਼ਨ ਰੱਖਿਆ, ਪ੍ਰਾਰਥਨਾ ਦਾ ਦਰਸ਼ਨ ਰੱਖਿਆ ਔਰ 10 ਜਣੇ ਖੁਦਾ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ, ਕਿੰਨੇ ਜਣੇ? 10 ਜਣੇ ਖੁਦਾ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ, ਪਰ ਖੁਦਾ ਨੇ ਚਾਹਿਆ ਸੀ ਮੈਂ ਇੱਕ ਦੇ ਨਾਲ ਹੀ ਗੱਲ ਕਰਾਂ। ਇੰਨੀ ਕੜਾਕੇ ਦੀ ਠੰਡ ਚਲਾਈ, ਇੰਨੀ ਕੜਾਕੇ ਦੀ ਠੰਡ ਚਲਾਈ, ਉਹ 9 ਦੇ 9 ਉਸ ਜਗ੍ਹਾ ਨੂੰ ਛੱਡ ਕੇ ਚਲੇ ਗਏ। ਹਾਲੇਲੂਇਆ ਹਾਲੇਲੂਇਆ। ਉਸ ਵਕਤ ਇੱਥੇ ਵਚਨ ਯਾਦ ਆ ਰਿਹਾ ਸੀਗਾ, ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅੱਜ ਇਸ ਪੰਡਾਲ ਦੇ ਵਿੱਚ ਜਾਂ ਬਾਹਰ ਜਿੰਨੇ ਵੀ ਹਨ, ਇਹ ਪ੍ਰਭੂ ਦੇ ਚੁਣੇ ਹੋਏ ਹਨ ਜਿਨ੍ਹਾਂ ਨਾਲ ਪਰਮੇਸ਼ਵਰ ਗੱਲ ਕਰ ਰਿਹਾ ਹੈ ਅੱਜ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਬਹੁਤ ਸਾਰੇ ਲੋਕ ਹਨ ਜੋ ਅੱਜ ਠੰਡ ਦੇ ਕਾਰਨ ਆਪਣੇ ਘਰਾਂ ਦੇ ਵਿੱਚ ਬੈਠੇ ਹਨ, ਪਰ ਖੁਸ਼ੀ ਕਰੀਏ ਜੋ ਸਾਨੂੰ ਪਰਮੇਸ਼ਵਰ ਨੇ ਇਸ ਜਗ੍ਹਾ ਤੇ ਚੁਣਿਆ ਹੈ ਤਾਂ ਕਿ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਲੈ ਸਕੀਏ। ਹਾਲੇਲੂਇਆ ਹਾਲੇਲੂਇਆ। ਸੋ ਬੀਤੇ ਦਿਨਾਂ ਦੇ ਵਿੱਚ ਮੈਂ ਕਿਸੇ ਫੈਮਿਲੀ ਦੇ ਘਰ ਦੇ ਵਿੱਚ ਗਿਆ, ਫੈਮਿਲੀ ਦੇ ਵਿੱਚ ਇੱਕ ਔਰਤ ਬਿਮਾਰ ਸੀ ਜੋ ਬਾਰ ਬਾਰ ਉਲਟੀਆਂ ਕਰ ਰਹੀ ਸੀ, ਜੋ ਬਾਰ ਬਾਰ ਕੀ ਕਰ ਰਹੀ ਸੀ, ਜੋ ਕੁਛ ਵੀ ਖਾ ਰਹੇ ਸੀ ਉਹ ਬਾਹਰ ਆਈ ਜਾਂਦਾ ਸੀ, ਜੋ ਕੁਛ ਵੀ ਉਹ ਖਾ ਰਹੇ ਸੀ ਉਹ ਇੱਥੇ ਤੱਕ ਦਵਾਈ ਵੀ ਖਾਂਦੇ ਸੀ ਉਹ ਬਾਹਰ ਆ ਜਾਂਦੀ ਸੀ, ਇੱਥੇ ਤੱਕ ਦਵਾਈ ਵੀ ਖਾਂਦੇ ਸੀ ਉਹ। ਚਲੋ ਮੈਂ ਪ੍ਰਾਰਥਨਾ ਕੀਤੀ, ਪ੍ਰਾਰਥਨਾ ਕਰਕੇ ਜਦੋਂ ਘਰ ਨੂੰ ਆਇਆ ਪਵਿੱਤਰ ਆਤਮਾ ਨੇ ਦੱਸਿਆ, ਇਸ ਤਰ੍ਹਾਂ ਹੀ ਅੱਜ ਇਨਸਾਨ ਦੇਖੋ ਜਦ ਤੱਕ ਉਹਦੇ ਅੰਦਰ ਕੋਈ ਚੀਜ਼ ਨਹੀਂ ਜਾਂਦੀ, ਜਦ ਤੱਕ ਉਹਦੀ ਬਾਡੀ ਦੇ ਵਿੱਚ ਕੋਈ ਚੀਜ਼ ਨਹੀਂ ਜਾਂਦੀ ਉਦੋਂ ਤੱਕ ਉਹ ਆਪਣੀ ਬਾਡੀ ਦੇ ਵਿੱਚ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਨਾ ਅੱਜ ਅਸੀਂ 7 ਦਿਨ ਰੋਟੀ ਨਾ ਖਾਈ ਅਸੀਂ ਸਰੀਰ ਦੇ ਵਿੱਚ ਕੀ ਹੋਵਾਂਗੇ? ਹਾਂਜੀ ਸਰੀਰ ਦੇ ਵਿੱਚ ਕੀ ਹੋਵਾਂਗੇ? ਕਮਜ਼ੋਰ ਹੋਵਾਂਗੇ। ਸਰੀਰ ਦੇ ਵਿੱਚ ਕੀ ਹੋਵਾਂਗੇ? ਕਮਜ਼ੋਰ ਹੋਵਾਂਗੇ। ਉਹਨੇ ਮੈਂ ਜਦੋਂ ਆਪਣੀ ਜੌਬ ਤੋਂ ਆਇਆ, ਖੁਦਾ ਦਾ ਧੰਨਵਾਦ ਉਹਨੇ ਮੈਨੂੰ ਜੌਬ ਦਿੱਤੀ ਔਰ ਸਰਕਾਰੀ ਮਹਿਕਮੇ ਦੇ ਵਿੱਚ ਜੌਬ ਦਿੱਤੀ ਹੈ ਔਰ ਕਿਸੇ ਨੇ ਪ੍ਰੋਫਸੀ ਕੀਤੀ ਹੈ ਤੁਸੀਂ ਬਹੁਤ ਜਲਦ ਉੱਥੇ ਪੱਕੇ ਵੀ ਹੋਵੋਗੇ ਔਰ ਮੇਰਾ ਵਿਸ਼ਵਾਸ ਹੈ ਖੁਦਾ ਨੇ ਪੱਕੇ ਕੀਤਾ ਹੈ। ਹਾਲੇਲੂਇਆ। ਔਰ ਜਦੋਂ ਮੈਂ ਆਇਆ ਮੈਨੂੰ ਬੜੀ ਕੜਾਕੇ ਦੀ ਠੰਡ ਲੱਗ ਰਹੀ ਸੀ, ਮੈਂ ਜਦੋਂ ਡਾਕਟਰ ਕੋਲ ਗਿਆ ਤਾਂ ਮੈਨੂੰ ਫੀਵਰ ਹੋਇਆ ਪਿਆ ਸੀ, ਮੈਨੂੰ ਕੀ ਹੋਇਆ ਪਿਆ ਸੀਗਾ, ਪਰ ਜਦੋਂ ਮੈਂ ਦਵਾਈ ਲਿੱਤੀ ਅੰਦਰ ਤੇ ਹੁਣ ਮੈਂ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਿਹਾ ਔਰ ਪ੍ਰਾਰਥਨਾ ਵੀ ਕੀਤੀ। ਇਹਦਾ ਮਤਲਬ ਜੇ ਅਸੀਂ ਆਪਣੀ ਬਾਡੀ ਦੇ ਅੰਦਰ ਕੁਛ ਲੈ ਰਹੇ ਹਾਂ ਤੇ ਅਸੀਂ ਜਿਸਮ ਦੇ ਵਿੱਚ ਕੀ ਹੋ ਰਹੇ, ਚੰਗੇ ਹੋ ਗਏ। ਤੇ ਜੇ ਅੱਜ ਅਸੀਂ ਆਪਣੇ ਮਨ ਔਰ ਦਿਮਾਗ ਦੇ ਵਿੱਚ ਪਰਮੇਸ਼ਵਰ ਦੀਆਂ ਜਦੋਂ ਗੱਲਾਂ ਨੂੰ ਜਮ੍ਹਾਂ ਕਰਾਂਗੇ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਿ ਅਸੀਂ ਆਤਮਾ ਦੇ ਵਿੱਚ ਨਹੀਂ ਵਧਾਂਗੇ ਜਾਂ ਕੀ ਅਸੀਂ ਚੰਗੇ ਨਹੀਂ ਹੋਵਾਂਗੇ, ਪਰਮੇਸ਼ਵਰ ਦੇ ਪਵਿੱਤਰ ਸ਼ਬਦਾਂ ਦੇ ਨਾਲ ਜਦੋਂ ਅਸੀਂ ਉਹਨਾਂ ਨੂੰ ਆਪਣੇ ਮਨ ਵਿੱਚ ਜਮ੍ਹਾਂ ਕਰਦੇ ਹਾਂ। ਦਾਊਦ ਕਹਿੰਦਾ ਹੈ ਪਰਮੇਸ਼ਵਰ ਮੈਂ ਤੇਰੇ ਵਚਨਾਂ ਨੂੰ ਆਪਣੇ ਮਨ ਵਿੱਚ ਜਮ੍ਹਾਂ ਕੀਤਾ ਕਿਉਂਕਿ ਤੇਰਾ ਵਚਨ ਮੇਰੇ ਪੈਰਾਂ ਦੇ ਲਈ ਕੀ ਆ? ਦੀਪਕ। ਹਾਲੇਲੂਇਆ। ਸੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, 2004 ਦੇ ਵਿੱਚ ਅਸੀਂ ਪ੍ਰਭੂ ਨੂੰ ਗ੍ਰਹਿਣ ਕੀਤਾ ਔਰ ਮੇਰੇ ਜੀਵਨ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਹੀ ਸੀਗਾ, ਬਟ ਮੈਂ ਚਲੋ ਕੋਈ ਡਰਿੰਕ ਤਾਂ ਨਹੀਂ ਸੀ ਕਰਦਾ ਬਟ ਮੈਂ ਸਮੋਕਿੰਗ ਜ਼ਰੂਰ ਕਰਦਾ ਸੀਗਾ
और मेरा जो थोड़ा सुभाव सीगा झगड़िया वाला सीगा और किसी कारण झगड़े के कारण मेरे इत हथ सट लग गई और जिंद कारण इस हथ टैटनस बन गई थी टैटनस लोहे बजन के और पीजीआई के मैं जो दाखिल उस वक्त मेरा हाथ इन्ना कटना सी डॉक्टर ने जिस वक्त उस रात मैं प्रभु यीशु मसीह के बारे दसिया शुभ संदेश मेरी छोटी सिस्टर ने मैं दसिया भी सूरज तू प्रभु ते विश्वास कर तेरा हाथ बच जाएगा हालेलुया हालेलुया सो मैं की कीता है उस वक्त विश्वास किया उस वक्त विश्वास किया प्रभु ते उस रात मैं प्रभु दे नाल गल कीती मैं कहा परमेश्वर मैं बहुत जने को सुनिया अज मेरी सिस्टर ने भी मैं तेरे बारे दसिया परमेश्वर मेरे ते दया कर कभी भी मैं किसी का बुरा नहीं करूंगा कभी भी किसी के नाल मैं झगड़ा नहीं करूंगा प्रभु आज तो मैं अपने पापा तो माफी मांगदा हाँ जो फैसला लिया अदो जीवन दे विच तब्दीली आई जो फैसला लिया अज तो चार साल पहला मैं जो किसी चर्च के गया उ एक विश्वासी सीगा जो पासवान कर रहा पास्टर जी मैं लिए प्रार्थना करो जो मैं स्मोकिंग छड़ना चाहना चलो पास्टर जी ने प्रार्थना की बाद मैं समझाया मैं कभी तुम छड़ना चाहते हैं तो तुम्हें फैसला लेने पैना अपने जीवन के लेने पैना फैसला यह फैसला साढ़े जीवन में तब्दील करता है क्योंकि वचन दे पत्रस की कह रहा है जरा आप ऐप च पढ़ा थोड़ा जा इतने पत्रस की कह रहा है प्रेरितों के काम 3:17 अध्याय सुनिए जरा ध्यान दे नाल वचन अतेदी 17 आयत तो पढ़ांगे पर इसलिए जो लोकां विच होर ना खिड़ जाए आओ असी उन्हां नूं दबकाईए जो वह इस नाम का फिर किसी मनुख नाल चर्चा ना करन सही असी इहदी 19 आयत तो पढ़ांगे पर पत्रस अते यहूना ने उन्हां नूं उत्तर दिता कि परमेश्वर ने अगे ए योग है जो असी परमेश्वर नालों तुहाडी बहुती सुनीए तुसी आपे फैसला करो हालेलुया हालेलुया जिहदे विच पत्रस ने कहा तौबा करो ते मुड़ो तौबा करो ते मुड़ो क्यों जो तुहाडे पाप मिटाए जाण हालेलुया आप सब सीखे हुए हैं बच्चे बच्चों कर जाके पढ़ सकते हैं हालेलुया तौबा करो ते मुड़ो तौबा करो ते मुड़ो क्यों जो तुहाडे पाप मिटाए जाण क्यों जो तुहाडे पाप मिटाए जाण अज कई बार मैं देखता चर्च के जो लोग जाते हैं बस इस तरह करते हैं रब्बा मैं पापी हाँ रब्बा मैं पापी मानते हैं कि करते हैं मानते हैं पर छड़दे नहीं है पर छड़दे नहीं है इकरार करते हैं मैं कई बार चर्च के दसदा हूं साड़ी फैमिली दे विच अगर कोई सब्जी बनाता बार बार नमक तेज पाएगा आपां नूं कहीए भी तू नमक तेज पाया है हाँ जी जी मैं मानदी हाँ नमक तेज पाया अगली बारी फिर कहीए सब्जी नमक तेज है हाँ जी जी मैं मानदी हाँ नमक तेज है जे इस तरह ही चलता रहेगा तो सुधार किस तरह आएगा सब्जी दे विच हाँ जी जे अज साड़ी लाइफ दे विच इस तरह ही चलता रहेगा खाली असी मानते रहांगे मन च सोचते रहांगे वाकई रब्बा मैं पापी हाँ वाकई रब्बा मैं पापी हाँ इदा भी नहीं चलना फैसला लेने पड़े तो किन्ने जने चाहते हैं जिन्हें भी है चाहते भी यह नव साल तुहाडे लई एक सुख का खुशियां वाला होगा ब्लैसिंग वाला होगा मैं तुहानूं सच दस दिना मैं तुहाडे लई प्रार्थना करूंगा पर प्रार्थना ब्लैसिंग अदो आएगी जदों तुसीं फैसला लोगे ये गल्लां मेरिया नहीं है यह पवित्र आत्मा दी गल्लां है यह किहदी गल्लां पवित्र आत्मा दी गल्लां ब्लैसिंग नूं समझिए ब्लैसिंग आनी किस तरह आ जो असी रिसीव करते गलों जो असी की करते गलों रिसीव करते अपने मन में जमा करते हैं जो असं उन्होंने मन लेंगे अदो सुख के दिन आते हैं
ਕਿਤੇ ਇੱਦਾਂ ਨਾ ਸੋਚੀਏ ਵੀ ਇੱਧਰੋਂ ਦੁਆ ਕਰਾ ਲਾਂਗੇ ਸੁੱਖ ਦੇ ਦਿਨ ਆ ਜਾਣਗੇ, ਉੱਧਰੋਂ ਦੁਆ ਕਰਾ ਲਾਂਗੇ ਸੁੱਖ ਦੇ ਦਿਨ ਆ ਜਾਣਗੇ। ਸੁੱਖ ਦੇ ਦਿਨ ਤੁਹਾਡੇ ਜੀਵਨ ਦੇ ਵਿੱਚ ਬਲੈਸਿੰਗ ਦੇ ਦਿਨ ਉਦੋਂ ਆਉਂਦੇ ਹਨ ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਫੈਸਲਾ ਲੈਂਦੇ ਹੋ। ਪਤਰਸ ਕਹਿੰਦਾ ਤੋਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ ਤੇ ਸਵਰਗ ਤੋਂ ਸੁੱਖ ਦੇ ਦਿਨ ਆਉਣ। ਵਿਰਲਾਪ ਗੀਤ 5:20 ਵਿੱਚ ਪਰਮੇਸ਼ਵਰ ਦਾ ਇੱਕ ਬੰਦਾ ਵਿਰਲਾਪ ਕਰ ਰਿਹਾ, ਤੋਬਾ ਕਰ ਰਿਹਾ, ਕਹਿੰਦਾ ਪਰਮੇਸ਼ਵਰ ਜੇ ਤੂੰ ਮੈਨੂੰ ਆਪਣੇ ਵੱਲ ਮੋੜੇ ਤਾਂ ਮੈਂ ਮੁੜ ਸਕਦਾ ਹਾਂ, ਮੇਰੇ ਦਿਨ ਪਹਿਲਾਂ ਵਾਂਗੂ ਨਵੇਂ ਬਣਾ। ਪੜੀਏ ਵਿਰਲਾਪ ਗੀਤ 5। ਹਾਲੇਲੂਇਆ ਹਾਲੇਲੂਇਆ। ਆਪਾਂ ਸਭ ਥੋੜ੍ਹੀ ਦੇਰ ਲਈ ਆਪਣੇ ਹੱਥਾਂ ਨੂੰ ਪਠਾਵਾਂਗੇ, ਜਦ ਤੱਕ ਆਇਤ ਲੱਭ ਰਿਹਾ ਸਭ ਨੇ ਥੋੜ੍ਹੀ ਦੇਰ ਲਈ ਆਪਣੇ ਹੱਥਾਂ ਨੂੰ ਪਠਾਈਏ। ਜਿੰਨੇ ਵੀ ਕੰਮ ਸੁਣ ਰਹੇ ਹਨ, ਜੇ ਕਿਸੇ ਨੂੰ ਲੱਗਦਾ ਵਾਕਈ ਮੇਰੇ ਜੀਵਨ ਦੇ ਵਿੱਚ ਬੁਰਾਈ ਹੈ ਜਾਂ ਕਿਤੇ ਨਾ ਕਿਤੇ ਮੈਂ ਕਿਸੇ ਨਾ ਕਿਸੇ ਦੇ ਦਿਲ ਨੂੰ ਦੁਖਾਇਆ ਹੈ, ਉਹ ਅੱਜ ਪਛਤਾਪ ਕਰੇ, ਇਸ ਜਗ੍ਹਾ ਤੇ ਪਛਤਾਪ ਕਰਕੇ ਜਾਵੇ ਜੇ ਇਸ ਨਵੇਂ ਸਾਲ ਦੇ ਵਿੱਚ ਉਹ ਬਲੈਸਿੰਗ ਚਾਹੁੰਦਾ ਹੈ। ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਜਦ ਤੱਕ ਨਵਾਂ ਸਾਲ ਨਹੀਂ ਆ ਰਿਹਾ ਉਦੋਂ ਤੱਕ ਤੁਹਾਡੇ ਜੀਵਨ ਦੇ ਵਿੱਚ ਪ੍ਰੀਖਿਆ ਰਹਿਣੀ ਹੈ ਤੇ ਪ੍ਰੀਖਿਆ 'ਚ ਤੁਹਾਨੂੰ ਕੱਢਣ ਵਾਲਾ ਪਰਮੇਸ਼ਵਰ ਹੈ, ਉਹਦੀ ਨਜ਼ਦੀਕੀ 'ਚ ਰਹੀਏ ਉਦੋਂ ਤੱਕ, ਕਿਉਂਕਿ ਪਰਮੇਸ਼ਵਰ ਅੰਤ ਸਮਿਆਂ ਦੇ ਵਿੱਚ ਕੰਮ ਕਰਦਾ ਹੈ। ਤੂਨੇ ਕਿਉਂ ਹਮਕੋ ਸਦਾ ਕੇ ਲਈ ਭੁਲਾ ਦਿਆ। ਦੇਖਿਏ ਉਹ ਵਿਰਲਾਪ ਕਰ ਰਿਹਾ, ਪਰਮੇਸ਼ਵਰ ਤੂੰ ਮੈਨੂੰ ਸਦਾ ਲਈ ਕਿਉਂ ਭੁਲਾ ਦਿੱਤਾ, ਹਾਂਜੀ, ਔਰ ਕਿਉਂ ਬਹੁਤ ਕਾਲ ਕੇ ਲਈ ਹਮੇ ਛੋੜ ਦਿਆ ਹੈ। ਬਹੁਤ ਕਾਲ ਦੇ ਲਈ ਮੈਨੂੰ ਛੱਡ ਦਿੱਤਾ। ਹੇ ਯਹੋਵਾ ਹਮਕੋ ਆਪਣੀ ਔਰ ਫੇਰ ਹਮਕੋ ਆਪਣੀ ਔਰ ਫੇਰ ਹਾਂਜੀ ਤਬ ਹਮ ਫਿਰ ਸੁਧਰ ਜਾਏਂਗੇ ਤਬ ਹਮ ਫਿਰ ਸੁਧਰ ਜਾਏਂਗੇ ਪ੍ਰਾਚੀਨ ਕਾਲ ਕੀ ਨਾਈ ਹਮਾਰੇ ਦਿਨ ਬਦਲ ਕਰ ਜਿਉ ਕੇ ਤਿਉ ਕਰ ਦੇ। ਹਾਲੇਲੂਇਆ ਹਾਲੇਲੂਇਆ ਸਾਡੇ ਦਿਨ ਨਵੇਂ ਕਰ ਦੇ। ਹੇ ਪਰਮੇਸ਼ਰ ਜੇ ਤੂੰ ਸਾਨੂੰ ਆਪਣੇ ਵੱਲ ਮੋੜੇ, ਫੈਸਲਾ ਲੈਣਾ ਹੈ ਆਪਣੇ ਜੀਵਨ ਦੇ ਵਿੱਚ, ਪਰਮੇਸ਼ਰ ਅਸੀਂ ਪਛਤਾਪ ਕਰਦੇ ਹਾਂ, ਪਰਮੇਸ਼ਰ ਅਸੀਂ ਤੋਬਾ ਕਰਦੇ ਹਾਂ, ਸਾਡੇ ਜੀਵਨਾਂ ਨੂੰ ਤੂੰ ਬਦਲਣ ਵਾਲਾ ਹੈ, ਬਲੈਸਿੰਗ ਸਾਨੂੰ ਤੂੰ ਦੇਣ ਵਾਲਾ ਹੈ। ਕੀ ਤੁਹਾਨੂੰ ਪਤਾ ਹੈ ਉਜਾੜੂ ਪੁੱਤਰ ਜਦੋਂ ਆਪਣੇ ਬਾਪ ਦੇ ਕੋਲੋਂ ਉਹਨੇ ਹਿੱਸਾ ਮੰਗਿਆ ਤੇ ਬਾਪ ਨੇ ਉਹਨੂੰ ਇਨਕਾਰ ਨਹੀਂ ਕੀਤਾ, ਫਿਰ ਬਾਪ ਨੇ ਦੇ ਦਿੱਤਾ, ਪਰ ਉਹ ਪੈਸਾ ਲੈ ਕੇ ਇੰਨੀ ਦੂਰ ਚਲਾ ਗਿਆ ਕਿ ਉਹਨੇ ਆਪਣੇ ਮਨ ਵਿੱਚ ਸੋਚਿਆ ਵੀ ਹੁਣ ਮੈਨੂੰ ਮੇਰੇ ਬਾਪ ਦੀ ਜ਼ਰੂਰਤ ਨਹੀਂ ਹੈ, ਮੈਂ ਹੁਣ ਇੰਨੀ ਦੂਰ ਜਾਊਂਗਾ ਜਿੱਥੋਂ ਮੇਰਾ ਬਾਪ ਮੈਨੂੰ ਵੇਖ ਨਾ ਸਕੇ ਔਰ ਉਹਨੇ ਆਪਣੀ ਇੱਛਾ ਦੇ ਅਨੁਸਾਰ ਜੀਵਨ ਨੂੰ ਬਤੀਤ ਕਰਨਾ ਸ਼ੁਰੂ ਕੀਤਾ। ਆਪਣੇ ਬਾਪ ਦੀ ਇੱਛਾ ਦੇ ਨਾਲ ਚੱਲਿਆ ਜਾਂ ਆਪਣੀ ਇੱਛਾ ਦੇ ਨਾਲ ਚੱਲਿਆ? ਹਾਂਜੀ, ਯਿਸੂ ਮਸੀਹ ਨੇ ਸਾਨੂੰ ਪ੍ਰਾਰਥਨਾ ਸਿਖਾਈ, ਉਹ ਕਹਿੰਦਾ ਜਦੋਂ ਪ੍ਰਾਰਥਨਾ ਕਰੋ ਉਦਾਂ ਪ੍ਰਾਰਥਨਾ ਕਰਿਆ ਕਰੋ ਜਿੱਦਾਂ ਤੇਰੀ ਮਰਜ਼ੀ ਸਵਰਗ ਵਿੱਚ ਪੂਰੀ ਹੁੰਦੀ ਉਦਾਂ ਹੀ ਤੇਰੀ ਮਰਜ਼ੀ ਜ਼ਮੀਨ ਤੇ ਵੀ ਪੂਰੀ ਹੋਵੇ, ਉਦਾਂ ਹੀ ਤੇਰੀ ਮਰਜ਼ੀ ਜ਼ਮੀਨ ਤੇ ਵੀ ਹੋਵੇ। ਅੱਜ ਅਸੀਂ ਸਮਝਣਾ ਆ, ਇਹਨਾਂ ਸ਼ਬਦਾਂ ਨੂੰ ਸਮਝਣਾ ਆ, ਸੁਬਾਹ ਉੱਠਦਿਆਂ ਕਿਆ ਕਰੋ, ਪਰਮੇਸ਼ਵਰ ਅੱਜ ਪੂਰੇ ਦਿਨ ਦੇ ਵਿੱਚ ਮੇਰੀ ਇੱਛਾ ਨਹੀਂ ਇੱਛਾ ਤੇਰੀ ਪੂਰੀ ਹੋਵੇ। ਕਦੀ ਵੀ ਤੁਸੀਂ ਬੁਰਾਈ ਦੇ ਨਜ਼ਦੀਕ ਨਹੀਂ ਜਾਊਂਗੇ ਕਿਉਂਕਿ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਆ ਔਰ ਉਹ ਤੁਹਾਨੂੰ ਪਵਿੱਤਰਤਾਈ ਦੇ ਵਿੱਚ ਸਾਰਾ ਦਿਨ ਰੱਖੇਗਾ, ਉਹ ਤੁਹਾਨੂੰ ਪਵਿੱਤਰਤਾਈ ਦੇ ਵਿੱਚ ਸਾਰਾ ਦਿਨ ਚਲਾਏਗਾ। ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ ਆ ਵੀ ਪਰਮੇਸ਼ਵਰ ਮੇਰੇ ਜੀਵਨ ਦੀ ਦੌੜ ਜਿਹੜੀ ਆ ਉਹ ਤੇਰੇ ਹੱਥ ਵਿੱਚ ਆ, ਮੈਨੂੰ ਨਹੀਂ ਪਤਾ ਮੈਂ ਆਪ ਤੋਂ ਕੁਛ ਨਹੀਂ ਕਰਨਾ, ਪਿਤਾ ਮੈਂ ਆਪਣਾ ਜੀਵਨ ਤੈਨੂੰ ਦੇ ਦਿੱਤਾ ਆ ਔਰ ਮੇਰੇ ਜੀਵਨ ਦੇ ਵਿੱਚ ਤੇਰੀ ਇੱਛਾ ਪੂਰੀ ਹੋਵੇ, ਜਿੱਦਾਂ ਸਵਰਗ ਵਿੱਚ ਹੁੰਦੀ ਆ ਉਸ ਤਰ੍ਹਾਂ ਹੀ ਪ੍ਰਿਥਵੀ ਤੇ ਵੀ ਹੋਵੇ, ਉਸ ਤਰ੍ਹਾਂ ਹੀ ਪ੍ਰਿਥਵੀ ਤੇ ਵੀ ਹੋਵੇ, ਤੇਰੀ ਇੱਛਾ ਪੂਰੀ ਹੋਵੇ। ਕਿ ਫਿਰ ਮੈਨੂੰ ਦੱਸਿਆ ਕਿ ਪਰਮੇਸ਼ਵਰ ਦੀ ਇੱਛਾ ਤੇ ਕੀ ਇੱਦਾਂ ਹੋਏਗੀ ਵੀ ਚਰਚ ਨਾ ਚਲ, ਕਿ ਪਰਮੇਸ਼ਵਰ ਦੀ ਇੱਛਾ ਇੱਦਾਂ ਹੋਏਗੀ ਵੀ ਪ੍ਰਾਰਥਨਾ ਨਾ ਕਰ, ਕਿ ਪਰਮੇਸ਼ਵਰ ਦੀ ਇੱਛਾ ਇੱਦਾਂ ਹੋਏਗੀ ਵੀ ਮਖੋਲੀਆਂ ਦੇ ਵਿੱਚ ਜਾ ਕੇ ਖੜਾ ਹੋ ਜਾ? ਹਾਂਜੀ, ਤੇ ਪਰਮੇਸ਼ਵਰ ਦੀ ਇੱਛਾ ਤੇ ਜਦੋਂ ਚੱਲੂਗੇ ਤੇ ਭਲਿਆਈ ਕਰਨੀ ਸ਼ੁਰੂ ਕਰ ਦੋਗੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅੱਜ ਅਸੀਂ ਫੈਸਲਾ ਲੈ ਕੇ ਜਾਣਾ ਹੈ ਵੀ ਅਸੀਂ ਪਰਮੇਸ਼ਵਰ ਦੇ ਵਿੱਚ ਕਿਸ ਤਰ੍ਹਾਂ ਚੱਲਣਾ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸੀ ਆ, ਇਹ ਜਦ ਤੱਕ ਨਵਾਂ ਸਾਲ ਨਹੀਂ ਆ ਰਿਹਾ ਉਦੋਂ ਤੱਕ ਤੁਹਾਡੇ ਜੀਵਨ ਦੇ ਵਿੱਚ ਪ੍ਰੀਖਿਆਵਾਂ ਰਹਿ ਸਕਦੀਆਂ। ਕਿਉਂ? ਕਿਉਂਕਿ ਕਈ ਰੁਕਾਵਟਾਂ ਆਉਣਗੀਆਂ,
कई रुकावटां आन गया क्योंकि तुसीं ब्लैसिंग दी ओर जा रहे हो, क्योंकि तुसीं नवे साल दे विच ब्लैसिंग दी ओर जा रहे हो, नवीआं बरकतां दी ओर जा रहे हो, नवे साल दे विच नवीआं चीजां दी ओर जा रहे हो। पर रुकावट आएगी जदों असीं मरकुस नूं दो पढ़दे। चार व्यक्ति सीगे जिहड़े विश्वास करदे सी अधरंगी नूं मंजी ते लैके आ रहे यीशु मसीह, बंदगी कर रहे सीगे, उदेक रहे सी भीड़ दे कारण। उस अधरंगी नूं उहदे कोल नहीं सी लिजा सकदे, उह घर नूं पिछे मुड़ गए। इदां होया हांजी, ठीक है, तुहाडे कान तेज आ, मैनूं पता इदां होया, पिछे नहीं मुड़े उह। पर अज कई वारी जदों विश्वासी दे जीवन दे विच जदों चर्च जाणा हुंदा आ, ਜਦੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾਣਾ ਹੁੰਦਾ ਆ, ਜਦੋਂ ਕੋਈ ਬਲੈਸਿੰਗ ਮਿਲਣ ਵਾਲੀ ਹੁੰਦੀ ਆ, ਉਦੋਂ ਰੁਕਾਵਟ ਆਉਂਦੀ ਹੈ ਤੇ ਉਹ ਪਿੱਛੇ ਮੁੜ ਜਾਂਦੇ ਆ, ਬੈਕ ਹੋ ਜਾਂਦੇ ਆ। ਪਿੱਛੇ ਨਾ ਮੁੜੀਏ, ਵਿਸ਼ਵਾਸ ਨਾ ਲੱਗੇ ਵਧੀਏ। ਉਹਨਾਂ ਦਾ ਵਿਸ਼ਵਾਸ ਪਤਾ ਕਿੱਡਾ ਵੱਡਾ ਸੀਗਾ, ਜਿੱਥੇ ਬੰਦਗੀ ਹੋ ਰਹੀ ਸੀ ਉੱਥੇ ਦੀ ਛੱਤ ਉਧੇੜ ਦਿੱਤੀ, ਉਹਨਾਂ ਦਾ ਲੈਂਟਰ ਢਾ ਦਿੱਤਾ। ਉਹਨਾਂ ਨੇ ਮਨ 'ਚ ਇਹ ਵੀ ਨਹੀਂ ਸੋਚਿਆ ਵੀ ਬਾਅਦ ਵਿੱਚ ਸਾਨੂੰ ਬੋਲੇਗਾ, ਬਾਅਦ ਵਿੱਚ ਸਾਨੂੰ ਬੋਲੇਗਾ। ਤੇ ਜਿਹੜੇ ਘਰ ਦਾ ਲੈਂਟਰ ਘੱਟਦਾ ਤਾਂ ਸੀ ਉਹ ਵੀ ਆਰਾਮ ਨਾਲ ਬੰਦਗੀ ਦੇਖ ਰਿਹਾ ਸੀ। ਅੱਜ ਬੰਦਗੀ ਚੱਲਦੀ ਹੋਵੇ ਨਾ, ਮਾੜਾ ਜਿਹਾ ਖੜਾਕਾ ਹੋਵੇ, ਸਾਰੇ ਜਣੇ ਪਿੱਛੇ ਵੇਖਦੇ ਆ ਕੀ ਹੋ ਗਿਆ। ਹਾਲੇਲੂਇਆ। ਪਰ ਉਹਨਾਂ ਦਾ ਵਿਸ਼ਵਾਸ ਦੇਖਿਆ ਸੀ ਚਾਰ ਜਣਿਆਂ ਦਾ, ਹਾਂਜੀ ਚਾਰ ਜਣਿਆਂ ਦਾ ਵਿਸ਼ਵਾਸ ਦੇਖਿਆ ਸੀਗਾ। ਕਿਤੇ ਭੀੜ ਨੂੰ ਦੇਖ ਕੇ ਵਾਪਸ ਨਹੀਂ ਚਲੇ ਗਏ, ਚਲੋ ਜਦੋਂ ਭੀੜ ਖਾਲੀ ਹੋ ਜਾਏਗੀ ਵੀ ਜਦੋਂ ਪ੍ਰਭੂ ਫ੍ਰੀ ਹੋ ਜਾਏਗਾ ਫਿਰ ਅਸੀਂ ਅਧਰੰਗੀ ਨੂੰ ਖੋਲ ਜਾਵਾਂਗੇ। ਕਿ ਅਧਰੰਗੀ ਦਾ ਵਿਸ਼ਵਾਸ ਸੀ ਉਹ ਚਾਰ ਜਣਿਆਂ ਦਾ ਵਿਸ਼ਵਾਸ ਸੀਗਾ, ਹਾਂਜੀ ਪ੍ਰਭੂ ਯੀਸ਼ੂ ਮਸੀਹ ਨੇ ਜਦੋਂ ਦੇਖਿਆ ਛੱਤ ਉਧੜੀ, ਵਾਕਈ ਕਿਤੇ ਐਡਾ ਵੱਡਾ ਵਿਸ਼ਵਾਸ, ਘਰ ਦੀ ਛੱਤ ਉਧੇੜ ਦਿੱਤੀ, ਜਾ ਵੀ ਕਹਿੰਦੇ ਤੂੰ ਆਪਣੀ ਚੰਗਾਈ ਪਾ ਕੇ ਘਰ ਨੂੰ। ਅੱਛਾ ਮੈਨੂੰ ਹੁਣ ਸੱਚੀ ਗੱਲ ਦੱਸੀ, ਜਦੋਂ ਚੰਗਾ ਹੋਇਆ ਫਿਰ ਵੀ ਰੁਕਾਵਟ ਅੱਗੇ ਰਹੀ ਜਾਂ ਰੁਕਾਵਟ ਵੀ ਆਪੇ ਪਿੱਛੇ ਹਟ ਗਈ? ਹਾਂਜੀ ਭੀੜ ਨੇ ਰਸਤਾ ਦਿੱਤਾ ਕਿ ਨਹੀਂ ਦਿੱਤਾ? ਹਾਂਜੀ ਜਾਂ ਛੱਤ ਤੋਂ ਵਾਪਸ ਗਿਆ, ਭੀੜ ਨੇ ਰਸਤਾ ਦਿੱਤਾ ਕਿ ਨਹੀਂ ਦਿੱਤਾ? ਜਦੋਂ ਤੁਸੀਂ ਰੁਕਾਵਟ ਨੂੰ ਲੱਤ ਮਾਰੋਗੇ, ਜਦੋਂ ਤੁਸੀਂ ਰੁਕਾਵਟ ਨੂੰ ਠਾਰ ਕਰਕੇ ਅੱਗੇ ਨਿਕਲੂਗੇ, ਤੇ ਰੁਕਾਵਟ ਤੇ ਖੁਦ ਬੋ ਖੁਦ ਪਿੱਛੇ ਹਟ ਜਾਏਗੀ। ਹਾਲੇਲੂਇਆ, ਹਾਲੇਲੂਇਆ, ਰੁਕਾਵਟ ਫਿਰ ਖੁਦ ਬੋ ਖੁਦ ਪਿੱਛੇ ਹਟ ਜਾਏਗੀ। ਪਰ ਅੱਜ ਵੀ ਤੁਹਾਡੇ ਜੀਵਨਾਂ ਦੇ ਵਿੱਚ ਜਿਹੜੇ ਸੁਣ ਰਹੇ ਹਨ ਉਹਨਾਂ ਦੇ ਜੀਵਨਾਂ ਦੇ ਵਿੱਚ ਇੱਕ ਰੁਕਾਵਟ ਆ। ਕੀ ਹੈ? ਇੱਕ ਰੁਕਾਵਟ ਆ ਜਿਹੜੀ ਸ਼ੈਤਾਨ ਨੇ ਰੱਖੀ ਹੋਈ ਆ, ਜਿਹੜੀ ਸ਼ੈਤਾਨ ਨੇ ਰੱਖੀ ਹੋਈ ਆ। ਜੇ ਅੱਜ ਤੁਸੀਂ ਸੋਚੋ ਨਾ ਵੀ ਉਹ ਰੁਕਾਵਟ ਪ੍ਰਭੂ ਆ ਕੇ ਤੋੜੂਗਾ, ਪ੍ਰਭੂ ਨੇ ਤਾਂ ਆਪਣਾ ਸ਼ਬਦ ਦੇ ਦਿੱਤਾ। ਮੈਂ ਇੱਕ ਵਾਰੀ ਮੱਖੂ ਦੇ ਵਿੱਚ ਮੀਟਿੰਗ ਕਰਨ ਗਿਆ, ਪਾਸਟਰ ਰਮੇਸ਼ ਨੇ ਜਦੋਂ ਮੀਟਿੰਗ ਕਰਾਈ, ਉੱਥੇ ਮੈਂ ਜਦੋਂ ਪ੍ਰਾਰਥਨਾ ਕਰ ਰਿਹਾ ਸੀ ਮੈਨੂੰ ਪਵਿੱਤਰ ਆਤਮਾ ਨੇ ਇੱਕ ਸ਼ਬਦ ਦਿੱਤਾ। ਉਹ ਇਹ ਸ਼ਬਦ ਸੀਗਾ ਵੀ ਜਿਹੜੇ ਕਮਜ਼ੋਰ ਹਨ ਉਹ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ ਕਿਉਂਕਿ ਬਹੁਤ ਤਾਕਤਵਰ ਹਨ। ਜਿਹੜੇ ਬੰਧਨਾਂ ਦੇ ਵਿੱਚ ਹਨ, ਜਿਹੜੇ ਬੰਧਨਾਂ ਦੇ ਵਿੱਚ ਹਨ ਉਹ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ। ਜਿਹੜੇ ਅੱਜ ਪ੍ਰਾਰਥਨਾ ਨਹੀਂ ਕਰ ਰਹੇ, ਜਿਹਨਾਂ ਦੀ ਪ੍ਰਾਰਥਨਾ ਦੇ ਵਿੱਚ ਰੁਕਾਵਟ ਆ, ਜਿਹਨਾਂ ਦੇ ਚਰਚ ਜਾਣ ਵਿੱਚ ਰੁਕਾਵਟ ਆ, ਉਹ ਬਹੁਤ ਤਾਕਤਵਰ ਹਨ। ਬਸ ਇੱਕ ਸ਼ੈਤਾਨ ਨੇ ਰੁਕਾਵਟ ਪਾਈ ਹੈ, ਪਰ ਪਰਮੇਸ਼ਵਰ ਨੇ ਨਹੀਂ, ਉਹ ਰੁਕਾਵਟ ਨੂੰ ਤੁਸੀਂ ਤੋੜਨਾ ਹੈ। ਕਦੀ ਦੇਖਿਆ ਪਿਕਚਰ ਦੇ ਵਿੱਚ ਜਦੋਂ ਕਿਸੇ ਹੀਰੋ ਨੂੰ ਬੰਨ ਦਿੰਦੇ ਸੰਗਲੀਆਂ ਦੇ ਨਾਲ, ਉਹਨੂੰ ਕੋਈ ਛੁਡਾਉਣ ਆਉਂਦਾ ਜੋ ਆਪ ਛੁਡਾਉਂਦਾ ਆ? ਹਾਂਜੀ ਦੇਖਿਆ ਕਦੀ ਮੂਵੀ ਦੇ ਵਿੱਚ? ਹਾਂਜੀ ਉਹ ਆਪ ਹੀ ਛੁਡਾਉਂਦਾ ਜਾਂ ਬੈਠਾ ਵੇਟ ਕਰਦਾ ਹੁੰਦਾ ਮੈਨੂੰ ਕੋਈ ਛੁਡਾਉਣ ਆਏਗਾ? ਹਾਂਜੀ ਅੱਜ ਵੀ ਤੁਸੀਂ ਸੁਪਰ ਸਟਾਰ ਆ, ਕਿਉਂਕਿ ਤੁਹਾਡੇ ਵਿੱਚ ਪ੍ਰਭੂ ਆ। ਹਾਲੇਲੂਇਆ। ਉਹ ਚਲੋ ਅਸੀਂ ਤਾਂ ਸਟਾਰ ਆ, ਕੁਰਸੀਆਂ ਤੇ ਬੈਠੇ ਤੁਸੀਂ ਸੁਪਰ ਸਟਾਰ ਆ, ਕਿਉਂਕਿ ਪ੍ਰਭੂ ਨੇ ਕਿਹਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ 'ਚ ਇਕੱਠੇ ਹੁੰਦੇ ਆ ਉੱਥੇ ਮੈਂ ਹਾਜ਼ਰ ਹੁੰਦਾ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਿਰਫ ਇੱਕ ਫੈਸਲਾ ਲੈਣਾ ਆਪਣੇ ਜੀਵਨ ਦੇ ਵਿੱਚ, ਤੁਹਾਡੇ ਦਿਨ ਪਹਿਲਾਂ ਦੀ ਤਰ੍ਹਾਂ ਨਵੇਂ ਹੋ ਜਾਣਗੇ, ਤੁਹਾਡੇ ਦਿਨ ਪਹਿਲਾਂ ਦੀ ਤਰ੍ਹਾਂ ਨਵੇਂ ਹੋ ਜਾਣਗੇ। ਕੀ ਤਿਆਰ ਹੋ? ਤਿਆਰ ਹੋ? ਆਪਾਂ ਸਭ ਖੜੇ ਹੋਵਾਂਗੇ ਫੈਸਲਾ ਲਈ ਆਪਣੇ ਜੀਵਨ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਮਹਾਨ ਸਾਮਰਥੀ ਪਿਤਾ ਪਰਮੇਸ਼ਵਰ, ਮਹਾਨ ਸਾਮਰਥੀ ਪਿਤਾ ਪਰਮੇਸ਼ਵਰ, ਥੋੜ੍ਹਾ ਅੱਗੇ ਆ ਜਾਈਏ, ਥੋੜ੍ਹਾ ਅੱਗੇ ਆ ਜਾਈਏ, ਥੋੜ੍ਹਾ ਥੋੜ੍ਹਾ ਅੱਗੇ ਆ ਜਾਈਏ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ਿਤ ਕਰੇ, ਆਪਣੇ ਹੱਥਾਂ ਨੂੰ ਪਠਾਈਏ, ਆਪਣੇ ਹੱਥਾਂ ਨੂੰ ਪਠਾਈਏ ਪੂਰੀ ਤਰ੍ਹਾਂ। ਕੋਈ ਵੀ ਥੋੜ੍ਹੇ ਥੋੜ੍ਹੇ ਹੱਥ ਨੀਚ ਰੱਖੇਗਾ, ਉਦੋਂ ਉਹਦੇ ਲੋਕ ਜਿੱਤ ਨੂੰ ਪ੍ਰਾਪਤ ਕਰਦੇ ਸਨ। ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਉਠਾਈਏ,
अगर तुहाडे हत्थां च दर्द हुंदी है ना ते यीशु मसीह दे हत्थां देखिए जिन्हें क्रूस दे उत्ते जान दित्ती सी उहदे हत्थ किन्नी देर उपर रहे सी उहदे प्यार नूं देखिए प्लीज अखां बंद रखिए अखां बंद रखिए सब जन अखां बंद रखिए उहदे प्यार नूं देखिए उहदे हत्थां दे वल देखिए उहनां हत्थां दे जो किल्लां लगे हन उहनां किल्लां दे वल देखिए उस प्यार नूं महसूस करिए उस प्यार नूं महसूस करिए हालेलुया ਮਲਾ ਬਾਬਾ 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 ਸੁਖੁਰ ਗੋਸ਼ਾ ਬਾਬਾ 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 ਖੁਦਾਵੰ 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 ਜੋ ਬੱਚੇ ਫੈਸਲਾ ਲੈ ਰਹੇ ਹਨ ਖਤਾ ਪਰਮੇਸ਼ਵਰ ਖੁਦਾਵੰ ਜੋ ਫੈਸਲਾ ਲੈ ਰਹੇ ਹਨ ਖਤਾ ਪਰਮੇਸ਼ਵਰ ਅੱਜ ਤੋਂ ਖੁਦਾਵੰ ਅੱਜ ਰਾਤ ਤੋਂ ਤੁਹਾਡਾ ਆਪਸ ਵਿੱਚ ਕਬਜ਼ਾ ਕਰ ਲਵੇ ਖਤਾ ਪਰਮੇਸ਼ਵਰ ਖੁਦਾਵੰ ਤੇਰੇ ਸਵਰਗ ਦੀ ਕਾਨੀ ਬਾਣ ਉਹਨਾਂ ਦੇ ਨਾਲ ਮੰਗਦਾ ਹਾਂ ਖਤਾ ਪਰਮੇਸ਼ਵਰ ਜੋ ਫੈਸਲਾ ਲੈ ਰਹੇ ਹਨ ਮੇਰੇ ਜੀਵਨ ਦੇ ਵਿੱਚ ਪ੍ਰਭੂ ਤੇਰੀ ਇੱਛਾ ਪੂਰੀ ਹੋਵੇ ਮੇਰੇ ਜੀਵਨ ਦੇ ਵਿੱਚ ਪ੍ਰਭੂ ਤੇਰੀ ਇੱਛਾ ਪੂਰੀ ਹੋਵੇ ਇਹ ਫੈਸਲਾ ਲੈ ਰਿਹਾ ਤੋਬਾ ਕਰੀਏ ਮੁੜੀਏ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਸਵਰਗ ਦੇ ਸੁੱਖ ਦੇ ਨਾਮ ਹਾਲੇਲੂਇਆ ਹੁਣ ਸਮੇਂ ਹੈ ਪਰਮੇਸ਼ਵਰ ਦਾ ਆਤਮਾ ਪਰਮੇਸ਼ਵਰ ਕਾਰਜ ਕਰ ਰਿਹਾ ਹੈ ਮੈਂ ਤੁਹਾਡੇ ਵਿੱਚ ਨਹੀਂ ਆਵਾਂਗਾ ਪਰਮੇਸ਼ਵਰ ਤੁਹਾਡੇ ਵਿੱਚ ਆ ਰਿਹਾ ਹੈ ਖੁਦਾਵੰਦ ਦੀ ਸਾਮਰਥ ਤੁਹਾਡੇ ਉੱਤੇ ਆ ਰਹੀ ਹੈ ਹਾਲੇਲੂਇਆ स्वागत करना है बुद्ध आत्मा का हजे अपने हाथों ऊपर रखिए अज बोलिए परमेश्वर करके बोलिए परमेश्वर तेनु सुल्तान अन्य भाषा का वरदान आ रहा है अन्य भाषा के वरदान के बद रहे हो हालेलुया ऊसा बाबा 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 सखा बाबा 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 सखा बाबा 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 वेलकम पवित्र आत्मा वेलकम पवित्र आत्मा वेलकम पवित्र आत्मा ऊसा बाबा 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 ताली बजाएं लिखो के हालेलुया के नारे बोल के आज शैतान ढूंढेगा ताली बजाएं लिखो के हालेलुया के नारे बोल के रोएगा शैतान के सदन परमेश्वर कोई अगर ना कहे प्लीज अगर जब ये अखोर ने अपना अभिषेक करवाया है विश्वास कर ले वो आराधना करके विश्वास करने में आराधना करिए अगर जो किसी चाहते हो कि बरकत का के जाओ प्लीज समय है परमेश्वर तेरे बीच का है उसको पुकार करिए ताली बजाए दिली को हालेलुया के नारे बोल के सब बोलिए ताली बजाए दिली को हालेलुया के नारे बोल के I'm
शांत हो जाइए, शांत हो जाइए, बस अखन बंद रखिए, महसूस करिए जो शरीर दे विच तुहाडे शरीर दे जिहड़े लोही कंडे खड़े हैं ते ओह सामर्थ है, ताजा ताजा सामर्थ है पवित्र आत्मा का, पवित्र आत्मा का सामर्थ है। मैं पवित्र आत्मा दसदा इतों तुम मन के जा रहे हैं सुबह तो प्रार्थना करनी परमेश्वर मेरे जीवन दे विच तेरी इच्छा पूरी हो, स्पैशली दसदा कभी किसी का दिल नहीं दिखाना, कभी किसी का बुरा नहीं करना, ना ही बुराई की ओर चलना है। जे अगर तुम नवे साल के ब्लैसिंग चाहते हो फिर दस रहा, अगर जो तुम अपनी इच्छा के अनुसार चल रहे हो फिर मैं नहीं कह सकता नवे साल के ब्लैसिंग का, ब्लैसिंग उदो होगी जो तुम खुद डिसीजन लिता। अज से अगर तुम डिसीजन लिता, चाहे कोई सेवक अपने मन के अगर फैसला ले रहा, सेवकाई के उन्नति हो रही है, सेवकाई के उन्नति हो रही है, तरक्की हो रही है। एक भैनों को अपनी अखां नूं बंद रखन, पाइयां दे लई प्रार्थना करन, अपने हत्थां नूं पठां, हर तरह का अगर जो जैंट्स कोई नशा करते हैं यीशु मसीह के नाम च नशे की गंदी आत्मा तेनू डांटते हैं, नशे की गंदी आत्मा तेनू डांटते हैं, आओ हो जाना जीवना चाहिए और परमेश्वर तुसी उन्होंने संभालो और अगली मीटिंग दे विच तेरे नाम नूं उच्चा करन दिता यीशु मसीह के नाम च। आमीन। आइए आप सब बैठ जाइए, खुदावंद तुहानू सब नूं आशीष देवे और खास वो बच्चे आएंगे अगे जिन्होंने ये सारा अरेंज किया है वो अगे आएंगे और सच है कि इहदे विच मेरी कोई इन्नी मेहनत नहीं है, नहीं तो अगे हर मीटिंग दे विच मैं भज नट करके सारा करदा, पर अज इन्होंने बहुत मेहनत की है क्योंकि मैं ड्यूटी ते सीगा और इन्होंने सारा संभालिया है और खास इन्हों वल हथ करिए प्रभु इन्हों होर भी सामर दे मीटिंग रखा वो मीटिंग देन की रखा और असं फिर तुम्हें संदेश दे देवे हालेलुया और तुम भी अगले मीटिंग के लिए प्रार्थना करनी है और खुदावन तुम्हें आशीषित करे। अच कि ने विश्वास किया भी परमेश्वर ने साडे नाल गल की है, फैसला जो लगता है तो फैसले के अटल से पक्के रहना है, नहीं तो बाइबल में पढ़ लेंगे रेत उत्ते घर नहीं बनाना, पक्कियां चट्टानां डूंघियां नीवां खोदनियां जिहदे विच खुदा दे कलाम नूं दब के रखना है, फिर ही खुदा दे विच वधूगे। खुदा तुहानूं सभ नूं आशीष देवे। जय सिंह मीटिंग बस आखिरी है, एक हम प्रभु का भजन गाएंगे, भजन गाएंगे उसके बाद में ऑफरिंग उसी में दान लिया जाएगा, उसके बाद में जो अभी लंगर पानी बना है उसके बाद हम खाने गए, जो क्वायर टीम है प्लीज गाड़ी आ जाइए, एक गीत गाएंगे सॉन्ग गाएंगे उसी बाद में भेटी दान भी लिया जाएगा। Thank you.
सब तो पहला मैं पास्टर साहिबान का थैंक्स करदा जो आए नाल साथ दिता प्रार्थना दे विच, और खास पास्टर राजू जी नूं प्रार्थना दे विच याद रखना जो इस मीटिंग दे विच मेरे नाल सेवकाई दे विच चल रहे हैं। प्रभु इन्हां नूं होर भी आशीषित करे, और उन्होंने भी बड़ा वधिया योगदान दिता है। अपने घरां विच जाके दुआ दे विच खास याद रखना है इन्हां नूं भी, और इन्हां दी फैमिली लई भी प्रार्थना करनी है, इन्हां दी सेवकाई लई भी प्रार्थना करनी। साढ़े दोनों भरावां दा प्यार इस तरह ही बनिया रहे, और असी इस तरह ही सेवकाई दे विच चलते रहिए। और हुण अखां बंद करिए, अपने हत्थां नूं ऊपर उठाइए, मैं लास्ट प्रार्थना करूँगा, उस तो बाद सारे ने खाना खा के जाना है। खुदावंद महान सामर्थी पिता प्रभु यीशु मसीह, जिन्हें भैणां भरावां ने प्रभु जी अपने पैसे दे विचों सेवा दे लई पैसा दिता है, पिता परमेश्वर खुदावंद इन्हां दे कारोबार बिजनेस फलवंत होण, पिता इन्हां दे बच्चे फलवंत होण, पिता परमेश्वर जो उन्होंने धर्म का काम किया है, पिता परमेश्वर खुदावंद और तुहाडी दया सब ते मंगदा हाँ, आशीष होवे यीशु दे नाम च, आमीन। एक बार फिर प्यार भरी जैम सी दी वही वाइनल निकल दी
जय मसीह दी। सो मेरे अजीजो आप सब नू मोह भरिया सद्दा आ 23 तरीक का। सो लाभ सिंह नगर 1 नंबर गली दे विच सो वड्डे दिन की मीटिंग कराई जा रही। सो आप सब ने वध चढ़ के नाले तो अपने भैन भरावां नू जिन्हें दुखी बीमार लाचार और जिन्हें भी तुसी भैन भरावां नू लिया सकते हो जरूर लैके आओ। सो 23 तरीक नू दिन एतवार शाम की मीटिंग होगी 6 बजे तो लैके 9 बजे तक। सो आप सब ने हम हुमा के पहुँचना है और लंगर का खास प्रबंध आ। सो आइए हुण असी अज की इस मीटिंग की बरकत नू अपने हत्थां नू वधा के लवां। सो आइए असी सब दे सब जन अपने हत्थां नू स्वर्गां दे वल वधावांगे। सभी जन अपने हाथों को आसमानां दे वल वधावांगे। परमेश्वर का प्रेम प्रभु यीशु मसीह की कृपा पवित्र आत्मा की संगति इस झुंड के नाल और इस धरती के उत्ते मुकद्दस लोगों के नाल और मेरे परमेश्वर इस पूरे नगर के नाल प्रभु यीशु मसीह की आउंदी आमद तक इस तरह हुंदी रहे। आमीन।